ਵੀ ਜੇ ਕਿਸੇ ਨੇ ਸੰਗਤ ਨੇ ਦਰਸ਼ਨ ਕਰਨੇ ਆ ਜਾਂ ਕਿਸੇ ਨੇ ਮੱਥਾ ਟੇਕਣਾ ਆਪਦੀਆਂ ਮਨੋਕਾਮਨਾ ਮੰਗਣੀਆਂ ਉਹ ਆਪਦੀਆਂ ਆ ਕੇ ਇੱਥੇ ਮੰਗ ਸਕਦੀਆਂ। ਅਤੇ ਮੈਂ ਦੇਖਦੇ ਦੇਖਦੇ ਇੱਥੇ ਲੋਕਾਂ ਦਾ ਜਿਹੜਾ ਇਕੱਠ ਵਧਣਾ ਸਟਾਰਟ ਹੋ ਗਿਆ। ਅਤੇ ਇਹਨੂੰ ਤੁਸੀਂ ਕੀ ਕਹੋਗੇ, ਕੁਦਰਤ ਦਾ ਕ੍ਰਿਸ਼ਮਾ ਕਹੋਗੇ ਜਾਂ ਕੁਝ ਹੋਰ? ਅਤੇ ਇਹ ਕਮਾਲ ਦੀ ਗੱਲ ਇੱਕ ਹੋਰ ਆ ਸੱਜਣੋ, ਵੀ ਇਹ ਜਿਹੜਾ ਆਪਣਾ ਬੱਚਾ ਹੈਗਾ ਇਹ ਬਾਈ ਜੀ, ਭੁੱਚੋ ਮੰਡੀ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਆਪਾਂ ਵੀ ਉੱਥੇ ਪਹੁੰਚੇ ਹਾਂ ਅਤੇ ਮੀਡੀਆ ਵੀ ਵੱਖ ਵੱਖ ਚੈਨਲਾਂ ਤੋਂ ਆ ਕੇ ਜਿਹੜੀਆਂ ਇੰਟਰਵਿਊਆਂ ਚੱਲ ਰਹੀਆਂ ਹੈਗੀਆਂ। ਇੱਥੇ ਇੱਕ ਬੱਚੀ ਨੇ ਜਨਮ ਲਿੱਤਾ ਜਿਹੜੀ ਕਿ ਦੇ ਦੋ ਮੂੰਹ ਨੇ ਅਤੇ ਚਾਰ ਅੱਖਾਂ ਨੇ। ਅਤੇ ਆਪਾਂ ਅੱਜ ਉੱਥੇ ਜਿਹੜੇ ਪਹੁੰਚੇ ਹਾਂ ਵੀਡੀਓ ਬਣਾਉਣ ਵਾਸਤੇ, ਇਹ ਭੁੱਚੋ ਮੰਡੀ ਗਊਸ਼ਾਲਾ ਦੀ ਜਿਹੜੀ ਇਹ ਗੱਲ ਹੈਗੀ। ਅਤੇ ਇੱਥੇ ਵੱਖ ਵੱਖ ਚੈਨਲਾਂ ਤੋਂ ਜਿਹੜਾ ਮੀਡੀਆ ਵੀ ਪਹੁੰਚ ਰਿਹਾ ਹੈ ਅਤੇ ਲੋਕਾਂ ਦੀ ਜਿਹੜੀ ਆਪਣੀਆਂ ਮਨੋਕਾਮਨਾ ਮੰਗਣ ਦੇ ਲਈ ਵੱਖ ਵੱਖ ਜਿਹੜਿਆਂ ਤੋਂ ਸੰਗਤ ਵੀ ਆ ਰਹੀ ਆ। ਆਹ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਗਊ ਦੇ ਦੋ ਮੂੰਹ ਨੇ, ਚਾਰ ਅੱਖਾਂ ਨੇ, ਦੋ ਕੰਨ ਨੇ ਅਤੇ ਫੂਡ ਲਾਈਨ ਜਿਹੜੀ ਇੱਕ ਹੈਗੀ। ਅਤੇ ਬਹੁਤ ਹੀ ਔਖਾਈ ਦੇ ਨਾਲ ਜਿਹੜਾ ਡਾਕਟਰਾਂ ਨੇ ਇਸ ਬੱਚੇ ਦੀ ਡਿਲੀਵਰੀ ਕੀਤੀ ਹੈਗੀ। ਇਹ ਗਊਸ਼ਾਲਾ ਤੁਸੀਂ ਦੇਖ ਸਕਦੇ ਹੋ ਸਾਹਮਣੇ। ਅਤੇ ਇੱਥੇ ਸੰਗਤ ਦੀ ਜਿਹੜੀ ਆ ਭੀੜ ਲੱਗਣੀ ਸਟਾਰਟ ਹੋ ਗਈ ਆ। ਅਤੇ ਬਾਈ ਅਰਗਾਂ ਨੇ ਜਿਹੜੀ ਹੈ ਇਸ ਦੀ ਆਰਤੀ ਉਰਤੀ ਕਰਕੇ ਅਤੇ ਇਸ ਨੂੰ ਜਿਹੜਾ ਇੱਥੇ ਬਹਾਇਆ ਹੋਇਆ ਹੈਗਾ ਸੰਗਤ ਦੇ ਦਰਸ਼ਨ ਲਈ, ਵੀ ਜੇ ਕਿਸੇ ਨੇ ਸੰਗਤ ਨੇ ਦਰਸ਼ਨ ਕਰਨੇ ਆ ਜਾਂ ਕਿਸੇ ਨੇ ਮੱਥਾ ਟੇਕਣਾ ਆਪਦੀਆਂ ਮਨੋਕਾਮਨਾ ਮੰਗਣੀਆਂ ਉਹ ਆਪਦੀਆਂ ਆ ਕੇ ਇੱਥੇ ਮੰਗ ਸਕਦੀਆਂ। ਅਤੇ ਮੈਂ ਦੇਖਦੇ ਦੇਖਦੇ ਇੱਥੇ ਲੋਕਾਂ ਦਾ ਜਿਹੜਾ ਇਕੱਠ ਵਧਣਾ ਸਟਾਰਟ ਹੋ ਗਿਆ। ਅਤੇ ਵਿੱਚ ਵਿੱਚ ਬੁੜੀਆਂ ਦਾ 500-500 ਰੁਪਏ ਮੱਥਾ ਟੇਕ ਕੇ ਵੀ ਜਾ ਰਹੀਆਂ ਸੀਗੀਆਂ। ਅਤੇ ਇਹਨੂੰ ਤੁਸੀਂ ਕੀ ਕਹੋਗੇ, ਕੁਦਰਤ ਦਾ ਕ੍ਰਿਸ਼ਮਾ ਕਹੋਗੇ ਜਾਂ ਕੁਝ ਹੋਰ? ਅਤੇ ਇਹ ਕਮਾਲ ਦੀ ਗੱਲ ਇੱਕ ਹੋਰ ਆ ਸੱਜਣੋ, ਵੀ ਇਹ ਜਿਹੜਾ ਆਪਣਾ ਬੱਚਾ ਹੈਗਾ ਇਹ ਦੋਵੇਂ ਮੂੰਹਾਂ ਰਾਹੀਂ ਜਿਹੜਾ ਦੁੱਧ ਪੀ ਰਿਹਾ। ਐਂ ਨਹੀਂ ਹੈਗਾ ਵੀ ਇੱਕ ਮੂੰਹ ਬੰਦ ਆ ਅਤੇ ਦੂਜਾ ਚੱਲਦਾ ਹੈਗਾ, ਦੋਨੋਂ ਮੂੰਹ ਚੱਲ ਰਹੇ ਨੇ। ਅਤੇ ਡਾਕਟਰਾਂ ਨਾਲ ਇਹਨਾਂ ਨੇ, ਬਾਈ ਵਰਗਾਂ ਨੇ ਗੱਲਬਾਤ ਵੀ ਕੀਤੀ। ਡਾਕਟਰ ਕਹਿੰਦੇ ਵੀ ਇਹ ਹੈ ਤਾਂ ਹਾਲੇ ਤਾਂ ਨੋਰਮਲ ਹੀ ਆ, ਪਰ ਇਸ ਦੀ ਉਮਰ ਕੋਈ ਕਹਿੰਦੇ ਵੀ ਤਾਂ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਵੀ ਇਹ ਠੀਕ ਵੀ ਹੋ ਸਕਦੀ ਹੈ, ਚੱਲਣ ਫਿਰਨ ਵੀ ਲੱਗ ਸਕਦੀ ਹੈ ਅਤੇ ਨਹੀਂ ਵੀ। ਅਤੇ ਇਹ ਜਿਹੜੀ ਗਊ ਦੀ ਬੱਚੀ ਬਾਰੇ ਤੁਹਾਡਾ ਕੀ ਵਿਚਾਰ ਹੈ, ਤੁਹਾਡੇ ਦਿਮਾਗ 'ਚ ਇਸ ਬੱਚੀ ਨੂੰ ਦੇਖ ਕੇ ਕੀ ਆਇਆ? ਆਪਦੀ ਰਾਏ ਜਿਹੜੀ ਤੁਸੀਂ ਕਮੈਂਟਾਂ ਦੇ ਵਿੱਚ ਦੇ ਕੇ ਜਾਇਓ। ਅਤੇ ਬਾਕੀ ਸਿਰੇ ਇਸ ਵੀਡੀਓ ਨੂੰ ਹੋਰ ਸੱਜਣਾਂ ਤੱਕ ਵੀ ਸ਼ੇਅਰ ਕਰਿਓ, ਤਾਂ ਜੋ ਇਸ ਵੀਡੀਓ ਬਾਰੇ ਹੋਰ ਲੋਕਾਂ ਦੇ ਕੀ ਵਿਚਾਰ ਨੇ ਉਹ ਵੀ ਆਪਣੀ ਰਾਏ ਜਿਹੜੀ ਕਮੈਂਟਾਂ ਦੇ ਵਿੱਚ ਦੇ ਸਕਣ। ਚੋ ਮੰਡੀ ਗਊਸ਼ਾਲਾ ਦੀ ਜਿਹੜੀ ਇਹ ਗੱਲ ਹੈਗੀ। ਅਤੇ ਇੱਥੇ ਵੱਖ ਵੱਖ ਚੈਨਲਾਂ ਤੋਂ ਜਿਹੜਾ ਮੀਡੀਆ ਵੀ ਪਹੁੰਚ ਰਿਹਾ ਹੈ ਅਤੇ ਲੋਕਾਂ ਦੀ ਜਿਹੜੀ ਆਪਣੀਆਂ ਮਨੋਕਾਮਨਾ ਮੰਗਣ ਦੇ ਲਈ ਵੱਖ ਵੱਖ ਜਿਹੜਿਆਂ ਤੋਂ ਸੰਗਤ ਵੀ ਆ ਰਹੀ ਹੈ। ਆਹ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਗਊ ਦੇ ਦੋ ਮੂੰਹ ਨੇ, ਚਾਰ ਅੱਖਾਂ ਨੇ, ਦੋ ਕੰਨ ਨੇ ਅਤੇ ਫੂਡ ਲਾਈਨ ਜਿਹੜੀ ਇੱਕ ਹੈਗੀ। ਅਤੇ ਬਹੁਤ ਹੀ ਔਖਾਈ ਦੇ ਨਾਲ ਜਿਹੜਾ ਡਾਕਟਰਾਂ ਨੇ ਇਸ ਬੱਚੇ ਦੀ ਡਿਲੀਵਰੀ ਕੀਤੀ ਹੈਗੀ। ਇਹ ਗਊਸ਼ਾਲਾ ਤੁਸੀਂ ਦੇਖ ਸਕਦੇ ਹੋ ਸਾਹਮਣੇ। ਅਤੇ ਇੱਥੇ ਸੰਗਤ ਦੀ ਜਿਹੜੀ ਹੈ ਭੀੜ ਲੱਗਣੀ ਸਟਾਰਟ ਹੋ ਗਈ ਹੈ। ਅਤੇ ਬਾਈ ਵਰਗਾਂ ਨੇ ਜਿਹੜੀ ਹੈ ਇਸ ਦੀ ਆਰਤੀ ਉਰਤੀ ਕਰਕੇ ਅਤੇ ਇਸ ਨੂੰ ਜਿਹੜਾ ਇੱਥੇ ਬਹਾਇਆ ਹੋਇਆ ਹੈਗਾ ਸੰਗਤ ਦੇ ਦਰਸ਼ਨ ਲਈ, ਵੀ ਜੇ ਕਿਸੇ ਨੇ ਸੰਗਤ ਨੇ ਦਰਸ਼ਨ ਕਰਨੇ ਆ ਜਾਂ ਕਿਸੇ ਨੇ ਮੱਥਾ ਟੇਕਣਾ ਆਪਦੀਆਂ ਮਨੋਕਾਮਨਾ ਮੰਗਣੀਆਂ ਉਹ ਆਪਦੀਆਂ ਆ ਕੇ ਇੱਥੇ ਮੰਗ ਸਕਦੀਆਂ। ਅਤੇ ਮੈਂ ਦੇਖਦੇ ਦੇਖਦੇ ਇੱਥੇ ਲੋਕਾਂ ਦਾ ਜਿਹੜਾ ਇਕੱਠ ਵਧਣਾ ਸਟਾਰਟ ਹੋ ਗਿਆ। ਅਤੇ ਵਿੱਚ ਵਿੱਚ ਬੁੜੀਆਂ ਦਾ 500-500 ਰੁਪਏ ਮੱਥਾ ਟੇਕ ਕੇ ਵੀ ਜਾ ਰਹੀਆਂ ਸੀਗੀਆਂ।